ਬਾਈ ਜੀ ਕਿੱਲਾ ਕੀ ਆ ਤੇ ਅਸੀਂ ਨੀਹਾਂ ਪੜ ਦਾਂਗੇ ਦੀਆਂ ਨੀਹਾਂ ਪੜ ਦਾਂਗੇ ਦੀਆਂ ਇਹਨਾਂ ਨੇ ਪਾਕਿਸਤਾਨ ਬਣਾਤਾ ਸਾਨੂੰ ਕਰੇ ਉਹਨਾਂ ਨੇ ਗੋਲੇ ਖਤਮ ਕਰਕੇ ਜਾ ਦਿੱਲੀ ਜਾ ਕੇ ਹਟਣਾ ਮੈਂ ਕਹਿੰਦਾ ਗੋਲੇ ਖਤਮ ਕਰਕੇ ਦਿੱਲੀ ਜਾਊਂਗੇ ਇੱਧਰ ਕਿਸਾਨ ਕਾ ਬੇਟਾ ਦੂਸਰਾ ਇੱਕ ਆਰਮੀ ਮੈਂ ਇੱਕ ਉਸਮੇ ਤੇ ਇੱਧਰ ਉਸਨੂੰ ਕਿਹਾ ਮੇਰੇ ਕੋਲ ਨੌਕਰੀ ਕਾ ਖਤਰਾ ਮਾਂ ਬੇਟਾ ਮੇਰੇ ਕੋਲ ਜ਼ਮੀਨ ਕਾ ਖਤਰਾ ਹੈ ਮੇਰੇ ਕੋਲ ਨੌਕਰੀ ਜਾਣੇ ਕਾ ਖਤਰਾ ਮੇਰੇ ਕੋਲ ਜ਼ਮੀਨ ਕਾ ਤਸਵੀਰਾਂ ਦਿਖਾ ਰਹੇ ਹੈ ਆ ਪੱਟ ਕੇ ਲਿਆਏ ਨੇ ਕਿੱਲੇ ਫਿਰ ਜੀ ਕਿੱਲੇ ਪੱਟ ਕੇ ਲੈ ਆਇਓ ਬਾਈ ਜੀ ਕਿੱਲਾ ਕੀ ਆ ਤੇ ਅਸੀਂ ਨੀਹਾਂ ਪੜ ਦਾਂਗੇ ਦੀਆਂ ਨੀਹਾਂ ਪੜ ਦਾਂਗੇ ਦੀਆਂ ਇੱਕ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਗੱਲਾਂ ਨਹੀਂ ਆ ਇੱਕ ਪਾਸੇ ਗੋਲੇ ਭਰਾ ਰਹੀ ਹੈ ਗੋਲੇ ਕੀ ਆ ਰਾਹ ਹੀ ਨਾ ਬੰਦ ਕੀਤਾ ਸੀ ਉਹੜੀ ਕੀਤਾ ਕੋਈ ਬੰਦਾ ਦੱਸ ਰਾਹ ਬੰਦ ਕੀਤਾ ਸੀ ਤਾਂ ਲੰਘਣ ਦਿਆ ਨੂੰ ਇਹਨਾਂ ਨੇ ਪਾਕਿਸਤਾਨ ਬਣਾਤਾ ਸਾਨੂੰ ਅਸੀਂ ਸਿੱਖ ਰਾਜ ਦੇ ਵਿੱਚ ਇਹਨਾਂ ਦੀਆਂ ਕੁੜੀਆਂ ਅਸੀਂ ਬਚਾਈਆਂ ਹੋਈਆਂ ਨੇ ਅੱਜ ਹਿੰਦੂ ਰਾਜ ਦਾ ਹਿੰਦੂ ਰਾਜ ਕਿਸਾਨਾਂ ਨੂੰ ਵੀ ਮੁਸ਼ਕਿਲ ਹੋ ਰਹੀ ਹੈ ਮੀਡੀਆ ਨੂੰ ਵੀ ਮੁਸ਼ਕਿਲ ਹੋ ਰਹੀ ਹੈ ਕਵਰੇਜ ਕਰਨ ਲਈ ਲਗਾਤਾਰ ਹੀ ਸਵੇਰ ਤੋਂ ਗੋਲੇ ਦਾਗੇ ਜਾ ਰਹੇ ਨੇ ਔਰ ਕਿਸਾਨਾਂ ਨੇ ਦਾਅਵਾ ਕੀਤਾ ਫਾਇਰਿੰਗ ਦੇ ਗੋਲੀਆਂ ਵੀ ਆਈਆਂ ਆ ਹਾਲ ਵੇਖੋ ਕਿਸਾਨਾਂ ਦੇ ਹਾਲ ਵੇਖੋ ਨੌਜਵਾਨਾਂ ਦੇ ਕੀ ਇਹ ਉਧਰੋਂ ਪਥਰਾ ਹੋਇਆ ਪ੍ਰਸ਼ਾਸਨ ਵੱਲੋਂ ਨਾਮ ਜੀ ਕਿੱਥੋਂ ਆਇਓ ਮੈਂ ਜਸਪਾਲ ਸਿੰਘ ਸਾਨੀਪੁਰ ਫਤਿਹਗੜ੍ਹ ਇਹ ਮੇਰੇ ਪੱਥਰ ਮਾਰਿਆ ਉਧਰੋਂ ਪ੍ਰਸ਼ਾਸਨ ਵੱਲੋਂ ਮਾਰਿਆ ਗਿਆ ਨਹੀਂ ਲਗਾਤਾਰ ਏਦਾਂ ਦੀ ਹੈ ਅਸੀਂ ਕੀ ਕਰਦੇ ਹਾਂ ਉੱਥੇ ਜਾਂਦੇ ਹਾਂ ਗੋਲੇ ਮਾਰਦੇ ਹਾਂ ਜਿੱਥੇ ਗੋਲੇ ਕਿੱਥੇ ਜਾ ਰਹੇ ਆ ਪਾਕਿਸਤਾਨ ਹੈ ਮੈਂ 15 ਮਿੰਟ ਵਿੱਚ ਬੰਦਾ ਬੁੱਝ ਹੋ ਜਾਂਦਾ ਬੰਦਾ ਬੁੱਝ ਹੁੰਦਾ ਉਰੇ ਆਉਂਦੇ ਆਪਾਂ ਫਿਰ 15 ਮਿੰਟ ਰੈਸਟ ਕਰਦੇ ਹਾਂ ਪਾਣੀ ਪੂਣੀ ਪੀਂਦੇ ਫਿਰ ਜਾਂਦੇ ਹਾਂ ਉਹ ਫਿਰ ਗੋਲੇ ਮਾਰਦੇ ਹਾਂ ਪਰ ਅਸੀਂ ਅੱਜ ਵੀ ਖੜੇ ਹਾਂ ਉਹਨਾਂ ਨੇ ਗੋਲੇ ਖਤਮ ਕਰਕੇ ਜਾਊਂਗੇ ਦਿੱਲੀ ਜਾ ਕੇ ਹਟਣਾ ਮੈਂ ਕਹਿੰਦਾ ਗੋਲੇ ਖਤਮ ਕਰਕੇ ਦਿੱਲੀ ਜਾਊਂਗੇ ਉਰੇ ਬੈਠੇ ਨਹੀਂ ਤਾਂ ਲੜੂਗੇ ਕੋਲ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਇੱਕ ਪਾਸੇ ਵਰੀ ਜਾ ਰਹੇ ਨੇ ਆਂਸੂ ਗੈਸ ਵਾਲੇ ਗੋਲੇ ਜੀ ਕਿਸਾਨ ਮਜ਼ਦੂਰ ਏਕਤਾ ਅੱਜ ਹਰ ਮੂੰਹ ਬੋਲੇ ਜੀ ਲਗਾਤਾਰ ਤਸਵੀਰਾਂ ਲਗਾਤਾਰ ਆਂਸੂ ਗੈਸ ਦੇ ਗੋਲੇ ਅਸੀਂ ਵੀ ਪਾਣੀ ਲਗਾ ਕੇ ਕਵਰੇਜ ਕਰ ਰਹੇ ਹੈ ਕੋਈ ਨੀ ਉੱਥੇ ਜਾ ਕੇ ਗੱਲ ਕਰੋ ਭਾਜੀ ਥੋੜੀ ਜਿਹੀ ਤੁਸੀਂ ਜਾ ਕੇ ਨਹੀਂ ਸੁਣ ਰਹੇ ਗੱਲ ਨਹੀਂ ਸੁਣ ਰਹੇ ਮਾੜਾ ਜਿਹਾ ਤਾਂ ਹੀ ਸੁਣਨਗੇ ਤੁਹਾਡੀ ਸਾਡੇ ਤੇ ਆਂਸੂ ਸੁਣਦੇ ਪਏ ਮੀਡੀਆ ਹੈਗੀ ਪਰ ਪਾਸੇ ਤੁਹਾਡੀ ਹੈਗੀ ਮੀਡੀਆ ਨਹੀਂ ਹਰਿਆਣੇ ਦੇ ਤੁਹਾਡਾ ਮੀਡੀਆ ਹੈ ਨੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਲਗਾਤਾਰ ਪੰਜਾਬੀਆਂ ਲਈ ਖੜਿਆ ਹੈ ਲਗਾਤਾਰ ਕਿਸਾਨਾਂ ਲਈ ਖੜਿਆ ਹੈ ਹਰ ਕਿਸਾਨਾਂ ਦੀ ਹੱਕ ਬੁਲੰਦ ਆਵਾਜ਼ ਬੁਲੰਦ ਕਰਦਾ ਰਹੇਗਾ ਚਾਹੇ ਉਹ ਸਰਕਾਰਾਂ ਤੱਕ ਗੱਲ ਪਜਾਣ ਦੀ ਗੱਲ ਹੋਵੇ ਚਾਹੇ ਬੋਰਡਰਾਂ ਤੇ ਜੋ ਤਸ਼ੱਦਤ ਕਿਸਾਨਾਂ ਤੇ ਢਾਈ ਜਾ ਰਹੀ ਹੈ ਉਹ ਵੀ ਗੱਲ ਲਗਾਤਾਰ ਪੂਰੀ ਦੁਨੀਆ 'ਚ ਪਜਾਵੇਗਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸਾਡਾ ਵਾਅਦਾ ਹੈ ਤੇ ਹਰ ਤਸਵੀਰ ਦਿਖਾਵੇ ਇਹ ਕੰਮ ਠੀਕ ਹੋ ਰਿਹਾ ਬਈ ਇਹ ਕੰਮ ਠੀਕ ਹੈ ਬਈ ਬਿਲਕੁਲ ਗੱਲ ਕਿਸਾਨ ਅੰਨ ਖਿਲਾਉਂਦਾ ਹੈ ਸਾਰਿਆਂ ਨੂੰ ਤੇ ਉਹਨਾਂ ਨੂੰ ਇੱਥੇ ਗੋਲੇ ਖਿਲਾਏ ਗੋਲੇ ਖਾ ਰਹੇ ਹੈ ਖਾ ਕੇ ਸਾਨੂੰ ਹੀ ਹੁਣ ਕੁੱਟਦੇ ਪਏ ਨੇ ਅਸੀਂ ਕੋਈ ਨੀ ਦੱਸਾਂਗੇ ਇਹਨਾਂ ਨੂੰ ਆ ਕੇ ਹੁਣ ਉਧਰ ਵੀ ਵੈਸੇ ਉਧਰ ਵੀ ਕਿਸਾਨ ਦਾ ਪੋਤੀ ਹੋਣਾ ਹੈ ਉਹ ਵੀ ਮਜਬੂਰ ਹੋਣਾ ਉਹ ਪਿਓ ਮਜਬੂਰ ਕਿਉਂ ਪਾਇਆ ਖਾਤਰ ਮਜਬੂਰ ਹੋਇਆ ਇੱਧਰ ਕਿਸਾਨ ਕਾ ਬੇਟਾ ਦੂਸਰਾ ਇੱਕ ਆਰਮੀ ਮੈਂ ਇੱਕ ਪੁਲਿਸ ਮੈਂ ਤੇ ਇੱਧਰ ਉਸਨੂੰ ਕਿਹਾ ਮੇਰੇ ਕੋਲ ਨੌਕਰੀ ਕਾ ਖਤਰਾ ਮਾਂ ਬੇਟਾ ਮੇਰੇ ਕੋਲ ਜ਼ਮੀਨ ਕਾ ਖਤਰਾ ਹੈ ਤੇਰੇ ਕੋਲ ਨੌਕਰੀ ਜਾਣੇ ਕਾ ਖਤਰਾ ਮੇਰੇ ਕੋਲ ਜ਼ਮੀਨ ਕਾ ਬੇਟਾ ਪੁੱਤ ਨੂੰ ਆਪਣੇ ਸਾਹਮਣੇ ਲਿਆ ਕੇ ਮੋਦੀ ਨੇ ਖੜਾ ਕਰ ਦਿਆ ਮੋਦੀ ਆਵੇ ਨਾ ਟੱਕਰ ਲੈ ਨਾ ਪੰਜਾਬ ਨਾਲ ਜ਼ਮੀਨ ਗਈ ਖਾਵਾਂਗੇ ਕਿੱਥੋਂ ਜੇ ਜ਼ਮੀਨੋਂ ਚੜ ਗਏ ਅਸੀਂ ਖਾਵਾਂਗੇ ਕਿੱਥੋਂ ਨੌਕਰੀ ਕਹੀ ਦੁਬਾਰਾ ਮਿਲ ਜਾਏਗੀ
ਪਹਿਲਾ ਜੀ ਪਹਿਲਾ ਪਹਿਲਾ ਇੱਕ ਸਾਲ ਚੱਲਿਆ ਸੀਗਾ ਕਿਸਾਨ ਅੰਦੋਲਨ, ਫਿਰ 3 ਕਾਨੂੰਨ ਜਿਹੜੇ ਅਜੇ ਵਾਪਸ ਹੋਏ ਸੀ, ਇਸ ਵਾਰ ਕਿੰਨੀ ਤਿਆਰੀ ਹੈ? ਹੁਣ ਤਾਂ ਫਿਰ ਦਿੱਲੀ ਪੜਦੇ ਸਾਰ ਇਹਨਾਂ ਨੂੰ ਫੈਸਲਾ ਵਾਪਸ ਲੈਣਾ ਪੈਣਾ ਇਲੈਕਸ਼ਨ ਆ ਗਏ। ਵੈਸੇ ਤਾਂ ਹੁਣ ਦੋ ਵਾਰ ਆਪਣੇ ਮੰਤਰੀ 3 ਭੇਜਤੇ, ਸ਼ਾਇਦ ਡਰੀ ਹੈ ਕੇਂਦਰ ਸਰਕਾਰ ਨੂੰ, 2 ਵਾਰ ਭੇਜੇ, ਕੱਲ ਵੀ 8 ਘੰਟੇ ਬੈਠੇ, ਅੱਜ ਵੀ ਬੈਠੇ ਨੇ। ਗੋਲੇ ਬਰਸਾਏ ਜਾ ਰਹੇ ਨੇ, ਸ਼ੰਭੂ ਬਾਰਡਰ ਟੱਪ ਕੇ ਸਿੰਘੂ ਟਿੱਕਰੀ ਤੇ ਗਾਜ਼ੀਪੁਰ ਪਹੁੰਚਦਾ ਹੈ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਕਿਸਾਨ ਦੇ ਹੱਕ ਬੁਲੰਦ ਕਰਦਾ ਹੈਗਾ, ਹੱਕ ਦੀ ਆਵਾਜ਼ ਬੁਲੰਦ ਕਰਦਾ ਹੈਗਾ ਤੇ ਹਰ ਤਸਵੀਰ ਤੁਹਾਡੇ ਤੱਕ ਪੁੱਜਦੀ ਕਰਾਂਗੇ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਕਿਸਾਨ ਲਗਾਤਾਰ ਇੱਥੇ ਸ਼ੰਭੂ ਬਾਰਡਰ ਪੁੱਜ ਰਹੇ ਨੇ, ਗੱਲਬਾਤ ਕਰਦੇ ਹਾਂ ਜੀ। ਆਪਣਾ ਨਾਮ? ਮੇਰਾ ਨਾਮ ਹਰਜੀਤ ਸਿੰਘ ਜੀ, ਮੈਂ ਮਾਨਸਾ ਜ਼ਿਲ੍ਹੇ ਤੋਂ ਆਇਆ ਜੀ। ਤੜਕੇ ਦੇ ਅਸੀਂ ਮਤਲਬ ਪੂਰੀ ਜੱਦੋ ਜਹਿਦ ਕਰ ਰਹੇ ਹਾਂ ਜੀ। ਹਾਂ, ਸਾਨੂੰ ਸਰ 5 ਕੁ ਸਪਰੇਅ ਪੰਪਾਂ ਦੀ ਲੋੜ ਆ, ਜਿਹੜੇ ਸਪਰੇਅ ਪੰਪ ਫਸਲਾਂ ਤੇ ਦਵਾਈ ਕਰਦੇ ਆ, ਜੇ ਉਹ ਪੰਪ ਅਸੀਂ ਪਾਣੀ ਦੇ ਭਰ ਕੇ ਲੈ ਆਈਏ ਸਰ, ਉਹਦਾ ਇੰਨਾ ਪ੍ਰੈਸ਼ਰ ਹੈ, ਉਹ ਜਦੋਂ ਡਰੋਨ ਨੂੰ ਗੋਲਾ ਸਿੱਟੂਗਾ, ਉਹ ਗੋਲੇ ਨੂੰ ਪੰਪ ਦਾ ਪ੍ਰੈਸ਼ਰ ਪੁੱਠਾ ਮੋੜ ਦੂਗਾ ਤੇ ਧੂਏ ਨੂੰ ਵੀ ਦੱਬ ਲੂਗਾ ਜੀ। ਬੋਰੀਆਂ ਨਾਲ ਇਸ ਵੇਲੇ ਗਿੱਲੀਆਂ ਬੋਰੀਆਂ ਨਾਲ ਢੱਕ ਰਿਹਾ ਉਹਨੂੰ, ਉਹ ਤੋਂ ਜ਼ਿਆਦਾ ਕਾਰਗਰ, ਜ਼ਿਆਦਾ ਅਸੀਂ ਮਤਲਬ ਕਾਮਯਾਬ ਹੋਵਾਂਗੇ ਉਹਦੇ ਵਿੱਚ ਜੀ। ਸਪਰੇਅ ਪੰਪ? ਹਾਂਜੀ, ਪੰਪ ਦੀ ਗੰਨ ਨਾਲ, ਗੰਨ ਦਾ ਪ੍ਰੈਸ਼ਰ ਸਰ ਇੰਨਾ ਹੈ, ਉਹ ਗੋਲੇ ਨੂੰ ਡਿੱਗਣ ਤੋਂ ਪਹਿਲਾਂ ਉਹਨਾਂ ਮਗਰ ਪੁੱਠਾ ਮਾਰੂ। ਜਿਹੜੇ ਕਿਸਾਨ ਆ ਰਹੇ ਨੇ ਹਜੇ, ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ? ਹਾਂਜੀ ਹਾਂਜੀ ਬਿਲਕੁਲ ਜੀ। ਬਾਕੀ ਅਸੀਂ ਇੱਕ ਰਣਨੀਤੀ ਇਹ ਬਦਲੀ ਆ ਵੀ ਪੁਰਾਣੇ ਬੰਦੇ ਜਦੋਂ ਮਤਲਬ ਪੂਰਾ ਉਹ ਹੋ ਜਾਂਦੇ ਨੇ ਤਾਂ ਦੂਜਿਆਂ ਨੂੰ ਨਵਿਆਂ ਨੂੰ ਭੇਜੀ ਜਾਂਦੇ ਜੀ। ਸਪਰੇਅ ਪੰਪਾਂ ਦਾ ਜ਼ਰੂਰ ਮੇਰਾ ਮੈਸੇਜ ਹੈ ਬਾਬਾ ਜੀ, ਜਿਵੇਂ ਗੁਨਾਮ ਸਿੰਘ ਚਡੂਣੀ ਵਰਗੇ ਲੱਗ ਰਹੇ ਹੋ, ਚਡੂਣੀ ਨੇ ਤਾਂ ਆਉਣ ਨੂੰ ਮਨਾ ਕਰਤਾ। ਨਾ, ਚਡੂਣੀ ਨਹੀਂ ਆਉਂਦਾ, ਅਸੀਂ ਤਾਂ ਸਾਡਾ ਪਿੰਡ ਦੌਣਕਲਾ। ਨਾਮ ਕੀ ਆਪਣਾ? ਮਹਿੰਦਰ ਸਿੰਘ। ਕਿਹੜੀ ਜਗ੍ਹਾ ਤੋਂ? ਅਸੀਂ ਦੌਣਕਲਾ ਪਿੰਡ। ਜਿਹੜਾ ਕਿਹੜਾ? ਜਿਹੜਾ ਪਟਿਆਲਾ। ਪਟਿਆਲੇ ਤੋਂ? ਪਟਿਆਲੇ ਤੋਂ। ਅਸੀਂ ਪਠੇੜੀ ਕਲਾਂ ਦੇ ਜਥੇਬੰਦੀ ਦੇ ਆਗੂ ਆ, ਮੈਂ ਸਰਕਲ ਪ੍ਰਧਾਨ ਆ। ਅਸੀਂ ਨਾ ਜੋ ਮਰਜ਼ੀ ਕਰ ਲੇ ਮੋਦੀ, ਖੱਟਰ ਜੋ ਮਰਜ਼ੀ ਕਰ ਲੇ, ਅਸੀਂ ਪਿੱਛੇ ਨਹੀਂ ਹਟਾਂਗੇ। ਵੀ ਕਵਰੇਜ ਕਰਨ ਨੂੰ ਔਖਾ ਹੋ ਰਿਹਾ ਹੈ, ਕਿਸਾਨਾਂ ਨੂੰ ਵੀ ਅੱਖਾਂ ਜੋ ਪਾਣੀ, ਇੱਕ ਪੱਤਰਕਾਰ ਦੇ ਮਾਰ ਰਹੇ ਆ, ਗੋਲਾ ਵੀ ਮਾਰਿਆ ਜੀ, ਮੈਂ ਅੱਖੀਂ ਦੇਖਿਆ ਇਹ। ਹਾਂ, ਲੋਕਤੰਤਰ ਦਾ ਘਾਣ ਹੈ, ਪਰ ਪੱਤਰਕਾਰ ਵੀਰਾਂ ਦਾ ਧੰਨਵਾਦ, ਜਿਹੜੇ ਖੜੇ ਆ, ਪਰ ਇਹ ਬੈਰੀਕੇਡ ਜ਼ਰੂਰ ਟੁੱਟ ਲੱਗਦਾ ਹੈ ਕਿ ਦਿੱਲੀ ਪੁੱਜ ਕੇ ਹਟਣਾ। ਹਾਂ, ਪਹੁੰਚ ਕੇ ਜੀ, ਪਹੁੰਚ ਕੇ ਹਟਾਂਗੇ ਚਾਹੇ ਸਾਨੂੰ। ਆਵਾਜ਼ ਆ ਰਹੀ ਹੈ ਕਿ ਦਿੱਲੀ ਤਾਂ ਅਸੀਂ ਪੁੱਜ ਕੇ ਹੀ ਹਟਣਾ ਹੈ ਤੇ ਹਰ ਤਸਵੀਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਵੀ ਲਗਾਤਾਰ ਤੁਹਾਡੇ ਤੱਕ ਪੁੱਜਦੀ ਕਰਦਾ ਰਹੇਗਾ। ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਕੁਛ ਕੋਲੀ, ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ, ਸ਼ੰਭੂ ਬਾਰਡਰ।